ਪੰਜਾਬੀ ਦੀ ਇੱਕ ਕਹਾਵਤ ਹੈ ਜੈ ਕੋਕੋ ਤੈ ਕੋਕੋ ਕੇ ਬੱਚੇ ਅੱਜ ਅਸੀਂ ਬੜੀ ਦਿਲਚਸਪ ਸਟੋਰੀ ਲੈ ਕੇ ਆਏ ਆਂ ਆਪਣੇ ਦਰਸ਼ਕਾਂ ਲਈ ਐਡਮਿੰਟਨ ਤੋਂ ਸਾਡੇ ਨਾਲ ਸਟੂਡੀਓ 'ਚ ਅੱਜ ਜਗਜੀਤ ਸਿੰਘ ਜੀ ਪਹੁੰਚੇ ਹਨ ਜਿਹੜੇ ਜੱਗਾ ਦੇ ਨਾਂ ਤੇ ਮਸ਼ਹੂਰ ਨੇ ਔਰ ਜਿਨ੍ਹਾਂ ਦਾ ਪਿਛੋਕੜ ਪਿੰਡ ਸੋਈਆਂ ਸੰਗਰੂਰ ਦੇ ਲਾਗੇ ਸੀਗਾ ਔਰ ਬੜੀ ਮਿਹਨਤ ਕੀਤੀ ਸਾਰੇ ਪਰਿਵਾਰ ਨੇ ਔਰ ਬਾਕਸਿੰਗ 'ਚ ਇੱਕ ਨਾਮਨਾ ਖਟਿਆ ਤਿੰਨ ਜਨਰੇਸ਼ਨ ਜਿਹੜੀਆਂ ਬਾਕਸਿੰਗ ਚ ਆਈਆਂ ਔਰ ਜਗਜੀਤ ਸਿੰਘ ਜੀ ਇੰਟਰਨੈਸ਼ਨਲ ਪਰਸਨਲਿਟੀ ਬਣੇ ਫਾਈਨਲੀ ਰਿਟਾਇਰ ਹੋਏ ਕਾਲਜ ਤੋਂ ਪ੍ਰੋਫੈਸਰ ਫਿਜ਼ੀਕਲ ਐਜੂਕੇਸ਼ਨ ਦੇ ਤੇ ਨਾਲੇ ਨਾਲੇ ਐਨਸੀਸੀ ਦੇ ਜਿਹੜੇ ਸੀਗੇ ਉਹ ਵੀ ਹੈਡ ਰਹੇ ਔਰ ਐਡਮਿੰਟਨ ਜਾ ਕੇ ਰਹਿਣ ਲਾਪੇ ਔਰ ਪਰਿਵਾਰ ਨੂੰ ਪਾਲਣ ਲਾਪੇ ਬਹੁਤ ਵੱਡੀ ਕਹਾਣੀ ਆ ਆਪਣੇ ਬੱਚਿਆਂ ਨੂੰ ਨਾਂ ਰੱਖਣਾ ਇਹਨਾਂ ਨੇ ਆਪ ਬਾਕਸਿੰਗ 'ਚ ਮਕਾਮ ਬਣਾਇਆ ਇਹਨਾਂ ਦੇ ਭਰਾਵਾਂ ਨੇ ਨਾ ਖਟਿਆ ਗਾਹ ਮੁੰਡਾ ਜਿਹੜਾ ਟੋਨੀ ਪੋਲਰ ਉਹ ਵੀ ਬਾਕਸਿੰਗ ਚ ਅੱਗੇ ਆਇਆ ਉਸ ਤੋਂ ਬਾਅਦ ਇਹਨਾਂ ਦੇ ਪੋਤੇ ਜਿਹੜੇ ਐ ਕੇਬੀ ਪੁੱਲਰ ਤੇ ਕੈਨੀ ਪੁੱਲਰ ਦੋਨੋਂ ਇੰਟਰਨੈਸ਼ਨਲ ਪਲੇਅਰ ਐ ਬਾਕਸਿੰਗ ਦੇ ਬਹੁਤ ਬੜੀ ਗੱਲ ਐ ਔਰ ਤੀਜੀ ਜਨਰੇਸ਼ਨ ਤਾਈਂ ਐਈ ਇੱਕੋ ਜਿਹੜੀ ਗੇਮ ਨਾਲ ਜੋੜੇ ਲਾਣਾ ਔਰ ਇਹ ਇੱਕ ਖਬਰ ਵੀ ਜਾਂ ਤੁਸੀਂ ਕੋ ਸਟੋਰੀ ਲੱਗੀ ਕਿ ਮੁੱਕੇ ਬਾਜ਼ਾਂ ਦਾ ਜੇਥੂ ਪਰਿਵਾਰ ਅਜੀਬ ਚ ਖਬਰ ਲੱਗੀ ਕਈ ਸਾਲ ਪਹਿਲੇ ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਮਕਾਮ ਦੀ ਪੁਲਰ ਸਾਹਿਬ ਤੁਹਾਡਾ ਸਵਾਗਤ ਹੈ। ਥੈਂਕ ਯੂ ਵੈਰੀ ਮਚ। ਤੁਸੀਂ ਮੈਨੂੰ ਇਹ ਦੱਸੋ ਥੋੜਾ ਜਿਹਾ ਕਿ ਐ ਐਡੀ ਵੱਡੀ ਗੱਲ ਹੈ ਕਿ ਤੀਜੀ ਜਨਰੇਸ਼ਨ ਬਾਕਸਿੰਗ ਚ ਹੋਣੀ ਉਹ ਵੀ ਇੰਟਰਨੈਸ਼ਨਲ ਲੈਵਲ ਤੇ ਔਰ ਆਪਣੇ ਪਰਿਵਾਰ ਨੂੰ ਸੱਚਜੇ ਟੰਗ ਨਾਲ ਤੁਹਾਡਾ ਕੀ ਯੋਗਦਾਨ ਹੈ? ਯੋਗਦਾਨ ਇਹ ਜੀ ਸ਼ੌਕ ਦੀ ਗੱਲ ਹੁੰਦੀ ਹੈ ਜੀ ਵੈਸੇ ਤੇ ਜਦ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ تھے ਤਾਂ ਅਸੀਂ ਦੇਖਦੇ ਹੁੰਦੇ ਤੇ ਕਾਲਜ ਦੇ ਮੁੰਡੇ ਬਾਕਸਿੰਗ ਦਾ ਗਲੱਬ ਚੱਕੀ ਸਾਈਕਲਾਂ ਤੇ ਜਾਂਦੇ ਹੁੰਦੇ ਤਾਂ ਅਸੀਂ ਦੇਖਦੇ ਨਹੀਂ ਬੜਾ ਬਈ ਆਹ ਅਸੀਂ ਵੀ ਕਾਲਜ ਚ ਗਏ ਬਾਕਸਿੰਗ ਖੇਡਿਆ ਕਰਾਂਗੇ ਤੇ 1958 ਦੇ ਵਿੱਚ ਜੀ ਮੈਂ 10ਵੀਂ ਪਾਸ ਕਰਕੇ ਫਿਰ ਗਵਰਨਮੈਂਟ ਅਨਵੀਰ ਕਾਲਜ ਸੰਗਰੂਰ ਜੁਆਇਨ ਕਰਿਆ ਉੱਥੇ ਜਾ ਕੇ ਬਾਕਸਿੰਗ ਸ਼ੁਰੂ ਕਰਤੀ ਜੀ ਪਹਿਲੇ ਸਾਲ ਹੀ ਜੀ ਮੈਂ ਯੂਨੀਵਰਸਿਟੀ ਚੈਂਪੀਅਨ ਆਇਆ ਫਿਰ ਅਗਲੇ ਸਾਲ ਇੰਟਰਵਰਸਿਟੀ 4 ਸਾਲ ਲਗਾਤਾਰ ਜਿਵੇਂ 골ਡਮੈਨਡਲ ਇੰਟਰਵਰਸਿਟੀ ਚ ਲੈਂਦਾ ਰਿਹਾ ਤੇ ਇਸ ਦੇ ਨਾਲ ਨਾਲ ਹੀ ਫਿਰ ਪੰਜਾਬ ਟੀਮ ਦੇ ਵਿੱਚ ਸਿਲੈਕਟ ਹੋਇਆ ਪੰਜਾਬ ਵਿੱਚ ਮੈਂ 4 ਵਾਰ ਨੈਸ਼ਨਲ ਅਟੈਂਡ ਕੀਤਾ ਜੀ ਪਾਰਟਿਸਪੇਟ ਕੀਤਾ ਜਿਹਦੇ ਵਿੱਚ 1960 ਦੇ ਵਿੱਚ ਮੈਂ Sri Lanka ਦੀ ਕੰਪੀਟੀਸ਼ਨ ਵਾਸਤੇ ਮੈਂ ਪੰਜਾਬ ਵੱਲੋਂ ਸਿਲੈਕਟ ਹੋਇਆ ਜੀ ਪੰਜਾਬ ਦੀ ਟੀਮ ਚ ਤੇ ਉੱਥੇ ਮੈਂ ਸਿਲਵਰ ਮੈਡਲ ਲੰਕਾ ਦੇ ਵਿੱਚ ਸਿਲੋਨ ਹੋਈ ਸੀਗੀ ਨੇ ਉੱਥੇ ਜਾ ਕੇ ਮੈਂ ਸਿਲਵਰ ਮੈਡਲ ਜਿੱਤਿਆ ਜੀ ਉਸ ਤੋਂ ਬਾਅਦ ਮੈਂ 6 ਵਾਰ ਮੈਂ ਆਲ ਇੰਡੀਆ ਬੌਕਸਿੰਗ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕਰਕੇ ਸਿਲਵਰ ਮੈਡਲ ਹਾਸਲ ਕੀਤਾ ਜੀ ਨਾਰਦਰਨ ਇੰਡੀਆ ਹੋਈ ਸੀਗੀ 1965 ਦੇ ਵਿੱਚ ਚੰਡੀਗੜ੍ਹ ਉੱਥੇ ਮੈਂ ਸਿਲਵਰ ਮੈਡਲ ਜਿੱਤਿਆ ਜੀ ਤੇ ਉਸ ਤੋਂ ਬਾਅਦ ਜੀ ਮੈਂ 1967 ਦੇ ਵਿੱਚ ਸਪੋਰਟਸ ਕਾਲਜ ਜਲੰਧਰ ਵਿੱਚ ਮੈਂ ਐਮਏ ਫਿਜ਼ੀਕਲ ਐਜੂਕੇਸ਼ਨ ਦੀ ਕਰਕੇ ਮੈਂ ਜੀ ਪ੍ਰੋਫੈਸਰ ਐਜ਼ ਅ ਬੌਕਸਿੰਗ ਕੋਚ ਲੱਗਿਆ ਪਹਿਲਾਂ ਸਪੋਰਟਸ ਕਾਲਜ ਲੰਦਰ ਦੇ ਵਿੱਚ ਉੱਥੇ ਮੈਂ ਟੀਮਾਂ ਤਿਆਰ ਕਰੀਆਂ ਤੇ ਸਾਡੀ ਸਪੋਰਟਸ ਕਾਲਜ ਦੀ ਟੀਮ ਦੋ ਸਾਲ ਉੱਤੇ ਮੈਂ ਦੋ ਸਾਲ ਰਹਾ ਉੱਥੇ ਦੋਵੇਂ ਫਾਸਟ ਆਉਦੀ ਰਹੀ ਉਸ ਤੋਂ ਬਾਅਦ ਹੀ ਮੈਂ ਸੁਨਾਮ ਸ਼ਹੀਦ ਉਧਮ ਸਿੰਘ ਕਾਲਜ ਖੁੱਲਿਆ ਤੀ ਉਹ ਕਾਲਜ ਵਾਲੇ ਮੈਨੂੰ ਲੈ ਗਏ ਕਿਉਂਕਿ ਵੀ ਮੈਂ ਸੰਗਰੂਰ ਦਾ ਸੀ ਉਹ ਕਦੇ ਵੀ ਅਸੀਂ ਸੰਗਰੂਰ ਕਾਲਜ ਖੁੱਲਣ ਲੱਗਾ ਤੁਸੀਂ ਸਾਡੇ ਏਰੀਆ ਚ ਆ ਕੇ ਆਪਣੇ ਕਾਲਜ ਦੀ ਹੈਲਪ ਕਰੋ ਸਾਡੀ ਤੇ ਉੱਥੇ ਜਾ ਕੇ ਮੈਂ ਜੀ ਟੀਮ ਤਿਆਰ ਕਰੀ ਜਿਹੜੀ ਕਿ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲਗਾਤਾਰ 5 ਸਾਲ ਜਿੱਤਦੀ ਰਹੀ ਉਸ ਤੋਂ ਬਾਅਦ ਜੀ ਮੇਰੀ ਮੇਰੀ ਪੋਸਟਿੰਗ ਹੋ ਗਈ ਸੰਨਰੂਰ ਮੈਂ ਟ੍ਰਾਂਸਫਰ ਹੋ ਗਿਆ ਜੀ ਉੱਥੇ ਜਾ ਕੇ ਮੈਂ ਉਹ ਮੁੰਡੇ ਤਿਆਰ ਕੀਤੇ ਨੈਸ਼ਨਲ ਲੈਵਲ ਦੇ ਮੁੰਡੇ ਇੰਟਰਨੈਸ਼ਨਲ ਲੈਵਲ ਦੇ ਮੁੰਡੇ ਤਿਆਰ ਕੀਤੇ ਤੇ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਐਨਸੀਸੀ ਅਫਸਰ ਸੀ ਜੀ ਮੈਂ ਕਾਲਜ ਦੇ ਵਿੱਚ ਮੈਂ ਐਨਸੀਸੀ ਅਫਸਰ ਮੇਰਾ ਰੈਂਕ ਸੀ ਮੇਜਰ ਸੀ ਮੈਂ ਜੀ ਤੇ ਮੈਂ 1982 ਦੇ ਵਿੱਚ ਅ ਦਿੱਲੀ ਰਿਪਬਲਿਕ ਡੇ ਵਾਸਤੇ ਚਾਰ ਸਟੇਟਾਂ ਦਾ ਕਮਾਂਡਰ ਬਣ ਕੇ ਮੈਂ ਜੀ ਸਿਲੈਕਟ ਹੋਇਆ ਤੇ ਉੱਥੇ ਮੈਂ ਜਾ ਕੇ ਜੀ 80 ਲੜਕੇ ਲੜਕੀਆਂ ਚਾਰ ਐਸਟੇਟਾਂ ਦੀਆਂ ਐਨਸੀਸੀ ਕੈਡਟ ਤੇ 120 ਲੜਕੇ ਐਨਸੀਸੀ ਦੇ ਇਹਨਾਂ ਨੂੰ 200 ਦਾ ਕੰਟਿਜੈਂਟ ਮੈਂ ਲੈ ਕੇ ਜੀ ਪਾਰਟਿਸਿਪੇਟ ਕੀਤਾ ਰਿਪਬਲਿਕ ਡੇ ਵਾਸਤੇ ਤੇ ਉਸ ਤੋਂ ਬਾਅਦ 2001 ਦੇ ਵਿੱਚ ਮੈਂ ਜੀ ਸੰਗਰੂਰ ਰਣਵੀਰ ਕਾਲਜ ਤੋਂ ਆਏ ਜੀ ਹੈੱਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋਇਆ ਉਸ ਤੋਂ ਬਾਅਦ ਜੀ ਫਿਰ ਕੈਨੇਡਾ ਵਿੱਚ ਆ ਗਏ ਪਰ ਸਰ ਸਾਹਿਬ ਇੱਕ ਗੱਲ ਤੁਸੀਂ ਦੱਸੋ ਮਨੂੰ ਪੰਜਾਬ ਚ ਲੋਕਾਂ ਦਾ ਰੁਝਾਨ ਕਬੱਡੀ ਚ ਹੈ ਹਾਕੀ ਚ ਹੈ ਜਾਂ ਫੁੱਟਬਾਲ ਚ ਹੈ ਤੁਹਾਡਾ ਬੌਕਸਿੰਗ ਚ ਰੁਝਾਨ ਕਿਵੇਂ ਹੋਇਆ ਬੌਕਸਿੰਗ ਦਾ ਰੁਝਾਨ ਇਸ ਕਰਕੇ ਹੋਇਆ ਜੀ ਸਾਡਾ ਸਕੂਲ ਡਿਸਟੈਂਸ ਹੀ ਜਿਹੜਾ ਇਹ ਬਹੁਤ ਮਸ਼ਹੂਰ ਸੀ ਦੀ ਬੌਕਸਿੰਗ ਨੇ ਵਿੱਚ ਤਕਰੀਬਨ ਪੰਜਾਬ ਦੇ ਵਿੱਚ ਜ਼ਿਆਦੇ ਮੁੰਡੇ ਸੀ ਜਿਹੜੇ ਬਾਕਸਿੰਗ ਦੇ ਵਿੱਚ ਤਸਕਰੂਬ ਦੇ ਆਉਂਦੇ ਸੀਗੇ ਤੇ ਇਸ ਕਰਕੇ ਫਿਰ ਮੇਰਾ ਰੁਝਾਨ ਜ਼ਿਆਦੇ ਬਾਕਸਿੰਗ ਵੱਲ ਪੈ ਗਿਆ ਜੀ ਖੇਡਿਆ ਮੈਂ ਕਬੱਡੀ ਵੀ ਆਂ ਜੀ ਮੈਂ ਪੰਜਾਬ ਖੇਡਿਆ ਆਂ ਬਾਕਸ ਕਬੱਡੀ ਦੇ ਵਿੱਚ ਪੰਜਾਬ ਚੈਂਪੀਅਨ ਰਿਹਾ ਪੰਜਾਬ ਦੀ ਟੀਮ ਦੇ ਵਿੱਚ ਨੈਸ਼ਨਲ ਵੀ ਜਾਂਦਾ ਰਿਹਾ ਪਰ ਉਹ ਜ਼ਿਆਦਾ ਰੁਝਾਨ ਹੋਣ ਕਰਕੇ ਫਿਰ ਬਾਕਸਿੰਗ ਵੱਲ ਜ਼ਿਆਦੇ ਪੈ ਗਿਆ ਜੀ ਜਿਹੜੀ ਤੁਹਾਡੀ ਤੀਜੀ ਜਨਰੇਸ਼ਨ ਆ ਦੇਖੋ ਬਾਕਸਿੰਗ 'ਚ ਇੰਟਰਨੈਸ਼ਨਲ ਪਲੇਅਰ ਆ ਦੋਵੇਂ ਬੱਚੇ ਜਿਵੇਂ ਮੈਂ ਦੱਸਿਆ ਕੀ ਤੁਸੀਂ ਇਹਨਾਂ ਨੂੰ ਆਪ ਹੀ ਆਪ ਮੁਹਾਰਈਏ ਬਾਕਸਿੰਗ ਚ ਆਏ ਕਿ ਤੁਹਾਡਾ ਵੀ ਕੋਈ ਇਹਨਾਂ ਨੂੰ ਗਾਈਡਲਾਈਨਸ ਸਿਗੀਆਂ ਬੇਸ਼ੱਕ ਜੀ ਤੁਹਾਡੇ ਬਲੱਡ ਬਲੱਡ ਦੇ ਵਿੱਚ ਹੀ ਹੁੰਦਾ ਹੈ ਪਰ ਉਹ ਫਿਰ ਦੇਖ ਦੇਖ ਕੇ ਉਹ ਸਾਨੂੰ ਦੇਖਦੇ ਰਹੇ ਸਾਡੀਆਂ ਫੋਟੋਆਂ ਦੇਖਦੇ ਰਹੇ ਸੁਣਦੇ ਰਹੇ ਤੇ ਇਸ ਕਰਕੇ ਫਿਰ ਉਹਨਾਂ ਦਾ ਰੁਝਾਨ ਵੀ ਜ਼ਿਆਦਾ ਫਿਰ ਇਧਰ ਵੀ ਪੈ ਗਿਆ ਜੀ ਦੇਖੋ ਤੁਹਾਡੇ ਪੋਤੇ ਜਿਹੜੇ ਬੜੇ ਕਾਮਯਾਬ ਹੋਏ ਆ ਕੈਨੇਡਾ ਦੀ ਧਰਤੀ ਤੇ ਆ ਕੇ ਇੱਥੇ ਦਾ ਸਿਸਟਮ ਬੜਾ ਡਿਫਰੈਂਟ ਹੈ ਇੱਥੇ ਨਿਆਣਿਆਂ ਨੂੰ ਜਿਹੜੀਆਂ ਲਾਹਮਤਾਂ ਹੈਗੀਆਂ ਜਿਵੇਂ ਆਪਣਾ ਕਲੱਬ ਕਲਚਰ ਹੈਗਾ ਜਾਂ ਡਰੱਗ ਹੈਗਾ ਉਹ ਬੜਾ ਢਾਲ ਆ ਰਿਹਾ ਤੇ ਤੁਸੀਂ ਬੱਚਿਆਂ ਨੂੰ ਇਹ ਸੇਧ ਕਿਵੇਂ ਦਿੱਤੀ ਕਿ ਉਹ ਚੰਗੇ ਰਾਹ ਤੇ ਤੁਰੇ ਰਹਿਣ ਐਸੀ ਵੈਸੀ ਬੜੇ ਲੱਕੀਆਂ ਕਿਉਂਕਿ ਸਾਡੇ ਬੱਚਿਆਂ ਦਾ ਰੁਝਾਨ ਜ਼ਿਆਦਾ ਇੱਧਰ ਸਪੋਰਟਸ ਵਾਲੀ ਰਿਹਾ ਉਹ ਦੰਦਨ ਘੰਟੇ ਚਾਰ ਚਾਰ ਘੰਟੇ ਜੇ ਮੈਂ ਜਾਂਦੇ ਨੇ ਤੇ ਪੂਰਾ ਪਸੀਨਾ ਲਾ ਕੇ ਪ੍ਰੈਕਟਿਸ ਕਰਕੇ ਆਉਂਦੇ ਨੇ ਤੇ ਸਾਨੂੰ ਵੀ ਬੜੀ ਖੁਸ਼ੀ ਮਿਲਦੀ ਹੈ ਤੇ ਬੱਚੇ ਵੀ ਬੜੇ ਖੁਸ਼ ਰਹਿੰਦੇ ਨੇ ਤੁਸੀਂ ਪੰਜਾਬ ਵਿਜਿਟ ਕਰਦੇ ਰਹਿੰਦੇ ਹਾਂ ਹਾਂ ਜੀ ਪੰਜਾਬ ਮੈਂ ਤਕਰੀਬਨ ਹਰ ਸਾਲ ਹੀ ਜਾਂਦਾ ਜੀ ਦੋ ਚਾਰ ਮਹੀਨੇ ਮਤਲਬ ਲਾ ਕੇ ਆਉਣਾ ਤੇ ਆਉਂਦੇ ਜਾਂਦੇ ਰਹਿੰਦਾ ਜੀ ਹਰ ਸਾਲ ਹੀ ਜਾਂਦਾ ਜੀ ਤੇ ਪੰਜਾਬ ਦੇ ਬੱਚੇ ਜਿਹੜੇ ਜਵਾਨ ਆ ਉਹਨਾਂ ਨੂੰ ਦੇਖਦੇ ਹੋਏ ਔਰ ਕੈਨੇਡਾ ਦੇ ਬੱਚੇ ਜਿਹੜੇ ਜਵਾਨ ਆ ਉਹਨਾਂ ਨੂੰ ਦੇਖਦੇ ਹੋਏ ਤੁਹਾਡਾ ਕੀ ਪ੍ਰਤੀਕਰਮ ਹੈ ਪੰਜਾਬ ਪੰਜਾਬ ਦੇ ਵਿੱਚ ਬੱਚੇ ਹੁਣ ਜੀ ਉਹ ਟੀਵੀਆਂ ਕਰਕੇ ਜਦੋਂ ਸਾਡੇ ਵੇਲੇ ਜਦੋਂ ਅਸੀਂ ਖੇਡਦੇ ਤੇ ਉਦੋਂ ਤਾਂ ਇੰਨੀਆਂ ਟੀਵੀ ਦਾ ਜੋਰ ਨਹੀਂ ਸੀ ਹੁੰਦਾ ਹੁਣ ਬੱਚੇ ਗਰਾਊਂਡ 'ਚ ਬਹੁਤ ਘੱਟ ਹੁੰਦੇ ਨੇ ਤੇ ਸਾਡੇ ਵੇਲੇ ਤਾਂ ਜਾਦਾ ਬੱਚੇ ਸਵੇਰੇ ਮਤਲਬ ਮੈਂ ਕਾਲੇ ਦੇ ਵਿੱਚ ਵਿੰਗ ਇਨਚਾਰਜ ਰਿਹਾ ਸਪੋਰਟਸ ਵਿੰਗ ਸੀ ਤੇ ਬੱਚੇ ਦੇਖ ਲਓ 6 ਵਜੇ ਤੋਂ 9 ਵਜੇ ਤੱਕ 3 ਘੰਟੇ ਲਗਾਤਾਰ ਪ੍ਰੈਕਟਿਸ ਕਰਦੇ ਤੇ ਹੁਣ ਤਾਂ ਅੱਜਕੱਲ ਬੱਚੇ ਕੋਈ ਰੌਣਕ ਚ ਆਉਂਦਾ ਹੀ ਕੋਈ ਨਹੀਂ ਤੇ ਤੁਸੀਂ ਦੇਖੋ ਹੁਣ 73 ਸਾਲ ਦੇ ਹੋ ਗਿਓ ਲੱਗਦੇ ਨਹੀਂ 73 ਸਾਲ ਦੇ ਅੱਜ ਦੀ ਤਰੀਖ 'ਚ ਵੀ ਤੁਸੀਂ ਕੋਈ ਐਕਸਰਸਾਈਜ਼ ਦਾ ਰੂਟੀਨ ਬਣਾਇਆ ਤਾਂ ਹਾਂ ਜੀ ਮੇਰਾ ਰੂਟੀਨ ਹੈ ਜੀ ਮੈਂ ਇੱਕ ਟਾਈਮ ਸਵੇਰੇ ਮੈਂ ਵਾਕ ਕਰਦਾ 2 ਮੀਲ 4 ਮੀਲ ਜ ਮਤਲਬ ਸਵੇਰੇ ਉੱਠ ਕੇ ਤੇ ਸ਼ਾਮ ਨੂੰ ਮੈਂ 1 ਘੰਟਾ ਡੇਢ ਘੰਟਾ ਜੀ ਟ੍ਰੈਡ ਮਿਲ ਤੇ ਜਾਂ ਸਾਈਕਲ ਚਲਾਉਣਾ ਜੀ ਮੈਂ ਪਸੀਨਾ ਰੋਜ਼ ਮਤਲਬ ਜੇ ਵੀ ਪ੍ਰੈਕਟਿਸ ਮੈਂ ਕਰਦਾ ਤੇ ਤੁਸੀਂ ਕੋਈ ਦਵਾਈ ਵਗੈਰਾ ਵੀ ਲੈਂਦੇ ਹੋ ਬਲੱਡ ਪ੍ਰੈਸ਼ਰ ਵਗੈਰਾ ਜਾਂ ਡਾਇਬੀਟਿਸ ਦੀ ਦਵਾਈ ਵੈਸੇ ਬਾਣੀ ਮੋਟੀ ਕਿਤੇ ਸ਼ਿਕਾਇਤ ਹੋ ਜਾ ਜੀ ਤਾਂ ਲੈ ਲੈਂਦੀ ਆ ਵੈਸੇ ਕੋਈ ਜਿਵੇਂ ਦਵਾਈ ਲੈਂਦਾ ਜੀ ਤੇ ਜੇ ਇੱਥੇ ਆਪਣੇ ਬੱਚੇ ਦੇਖੋ ਹੁਣ ਜਵਾਨ ਹੋ ਰਹੇ ਆ ਉਹਨਾਂ ਨੂੰ ਸਪੋਰਟਸ ਅਟਰੈਕਟ ਕਰਨਾ ਚਾਹੀਦਾ ਕੋਈ ਬਾਕਸਿੰਗ ਦਾ ਇੱਥੇ ਨਹੀਂ ਤੁਸੀਂ ਕੋਈ ਰੁਝਾਨਵ ਸੈੱਟ ਕੀਤਾ ਜਿੰਨਾ ਬੱਚਿਆਂ ਨੂੰ ਇਕੱਠੇ ਕਰਕੇ ਤੁਸੀਂ ਗਾਈਡ ਕਰੋ ਇੱਥੇ ਬਸ ਇਸੇ ਕਰਕੇ ਨਹੀਂ ਕੀਤਾ ਜੀ ਕਿਉਂਕਿ ਜਿਆਦਾ ਰੁਝਾਨ ਆਉਂਦੇ ਜਾਂਦੇ ਰਹਿੰਦੇ ਇੰਡੀਆ ਚਲੇ ਜਾਂਦਾ ਹੈ ਬੱਚੇ ਨੇ ਜਿਹੜੇ ਆਫਦਰ ਦੇ کلبਾਂ ਦੇ ਵਿੱਚ ਜਾਂਦੇ ਨੇ ਇਸ ਕਰਕੇ ਜਿਆਦਾ ਮੈਂ ਕਦੇ ਇਧਰ ਮਤਲਬ ਕੋਸ਼ਿਸ਼ ਕੀਤੀ ਤੁਹਾਡੇ ਵਰਗੇ ਗ੍ਰੈਂਡਪੈਰੈਂਟਸ ਬੋਡੇ ਆ ਕੈਨੇਡਾ ਚ ਔਰ ਉਹਨਾਂ ਤੇ ਜ਼ਿੰਮੇਵਾਰੀ ਆ ਬੱਚਿਆਂ ਨੂੰ ਸਾਥ ਸੰਭਾਲ ਦੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਣਾ ਜੀ ਵੀ ਪੈਰੈਂਟਸ ਨੂੰ ਚਾਹੀਦਾ ਵੀ ਬੱਚਿਆਂ ਨੂੰ ਜਿਆਦਾ ਸਪੋਰਟਸ ਵੱਲ ਪਾਉਣਾ ਉਹਨਾਂ ਨਾਲ ਥੋੜਾ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਜਿਹੜਾ ਹੈ ਨਾ ਪੇਮ ਨਾਲ ਦੋਸਤਾਨਾ ਤੌਰ ਤੇ ਉਹਨਾਂ ਨੂੰ ਸਮਝਾਉਣਾ ਤਾਂ ਕਿ ਉਹ ਮਤਲਬ ਇਹ ਨਸ਼ਿਆਂ ਤੋਂ ਜਾਂ ਦੂਸਰੇ ਕੰਮਾਂ ਤੋਂ ਬਚੇ ਰਹਿਣ ਤੇ ਸਪੋਰਟਸ ਵੱਲ ਜਿਆਦਾ ਧਿਆਨ ਦੇਣ ਤੁਹਾਡੇ ਪੋਤੇ ਜਿਹੜੇ ਆ ਤੁਹਾਡੇ ਨਾਲ ਪਿਆਰ ਕਰਦੇ ਮੇਰੇ ਪੋਤੇ ਮੇਰਾ ਬਹੁਤ ਪਿਆਰ ਕਰਦੇ ਨੇ ਜੀ ਜਿੰਨੇ ਜੇ ਮੈਨੂੰ ਨਾਮ ਮਿਲ ਲੈਣਾ ਤਾਂ ਸਵੇਰੇ ਮਤਲਬ ਗੁੱਡ ਮਾਰਨਿੰਗ ਨਾ ਕਰ ਲੈਣ ਤਾਂ ਸਕੂਲ ਨਹੀਂ ਜਾਂਦੇ ਕੱਲ ਜੀ ਨਹੀਂ ਜਾਂਦੇ ਅੱਜ ਪੂਰਾ ਕੈਨੇਡਾ ਸਾਨੂੰ ਦੇਖ ਰਿਹਾ ਸਾਡੇ ਟੀਵੀ ਸ਼ੋਅ ਦੇ ਰਾਹੀਂ ਤੁਹਾਡਾ ਕੀ ਸੰਦੇਸ਼ ਆ ਪੰਜਾਬੀ ਭਾਈਚਾਰੇ ਲਈ ਜਿਹੜਾ ਕੈਨੇਡਾ 'ਚ ਬੈਠਾ ਮੇਰਾ ਸੰਦੇਸ਼ ਇਹੀ ਆ ਜੀ ਮੈਂ ਸਾਰੇ ਭੈਣ ਭਾਈਆਂ ਨੂੰ ਸਾਰੇ ਬਜ਼ੁਰਗਾਂ ਨੂੰ ਇਹੀ ਬੇਨਤੀ ਕਰਦਾ ਕਿ ਕਿਉਂਕਿ ਸਭ ਤੋਂ ਮਹਿੰਨ ਚੀਜ਼ ਬੱਚੇ ਨੇ ਆਪਣੀ ਦੌਲਤ ਹੈ ਜਿਹੜੀ ਇਹ ਬੱਚੇ ਨੇ ਬੱਚਿਆਂ ਵੱਲ ਤੁਸੀਂ ਕਮਾਈ ਵੱਲ ਘੱਟ ਧਿਆਨ ਦੇ ਕੇ ਬੱਚਿਆਂ ਵੱਲ ਜ਼ਿਆਦਾ ਧਿਆਨ ਦਿਓ ਤਾਂ ਕਿ ਤੁਹਾਡੇ ਬੱਚੇ ਨੇ ਜਿਹੜੇ ਉਹ ਸਹੀ ਰਾਹ ਤੇ ਚੱਲਣ ਤੇ ਆਪਣਾ ਆਪਣਾ ਵਧੀਆ ਸੈੱਟ ਹੋ ਜਾਣ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ